ਦੇਖੋ ਜੀ, ਉਹ ਜਿਹਦਾ ਵਿਆਹ ਹੋਇਆ ਕੁੜੀ ਦਾ, ਜਿਹੜੀ ਕੁੜੀ ਦਾ ਵਿਆਹ ਹੋਇਆ ਉਹ ਸਹੁਰੇ ਘਰ ਪਹੁੰਚ ਗਈ ਹੈ। ਸਹੁਰੇ ਘਰ ਪਹੁੰਚ ਕੇ ਉਹ ਕਹਿੰਦੀ ਹੈ ਕਿ ਮੈਂ ਨਵੇਂ ਪਰਿਵਾਰ ਵਿੱਚ ਆਈ ਹਾਂ ਤੇ ਸਾਰੇ ਪਰਿਵਾਰ ਮੈਂਬਰਸ ਨੂੰ ਸਤਿ ਸ੍ਰੀ ਅਕਾਲ, ਤੁਸੀਂ ਮੇਰਾ ਤਹਿ ਦਿਲੋਂ ਸਵਾਗਤ ਕੀਤਾ, ਮੈਂ ਤੁਹਾਡੀ ਧੰਨਵਾਦੀ ਹਾਂ ਤੇ ਮੈਂ ਇੱਕ ਦੋ ਗੱਲਾਂ ਕਰਨੀਆਂ ਨੇ। ਵੀ ਪਹਿਲਾਂ ਤਾਂ ਮੈਂ ਇਹ ਚਾਹੁੰਦੀ ਹਾਂ ਕਿ ਮੈਂ ਇਸ ਘਰ ਵਿੱਚ ਆ ਕੇ ਕੋਈ ਚੇਂਜ ਨਹੀਂ ਲਿਆਉਣਾ ਚਾਹੁੰਦੀ, ਉਹਦੇ ਨਾਲ ਮੈਨੂੰ ਬੜੀ ਪਰੇਸ਼ਾਨੀ ਹੋਏਗੀ। ਜਿਹੜੇ ਇੱਥੇ ਖਾਣਾ ਬਣਾਉਂਦੇ ਨੇ ਉਹ ਖਾਣਾ ਬਣਾਉਂਦੇ ਰਹਿਣਗੇ, ਮੈਂ ਕੋਈ ਤਬਦੀਲੀ ਨਹੀਂ ਚਾਹੁੰਦੀ। ਜਿਹੜੇ ਬਰਤਨ ਮਾਂਜਦੇ ਨੇ ਉਹ ਉਂਝੇ ਬਰਤਨ ਮਾਂਜਦੇ ਰਹਿਣਗੇ, ਕੱਪੜੇ ਧੋਣ ਵਾਲੇ ਕੱਪੜੇ ਪ੍ਰੈਸ ਕਰਨ ਵਾਲੇ ਉਂਝੇ ਕਰਦੇ ਰਹਿਣਗੇ, ਜਿਵੇਂ ਤੁਹਾਡੀ ਰੁਟੀਨ ਹੈ। ਮੈਂ ਕੋਈ ਦਖਲ ਅੰਦਾਜ਼ੀ ਨਹੀਂ ਚਾਹੁੰਦੀ। ਜੋ ਝਾੜੂ ਸਫਾਈਆਂ ਕਰਦੇ ਨੇ ਉਹ ਵੀ ਉਂਝੇ ਕਰਦੇ ਰਹਿਣ। ਤੇ ਜਿੱਥੋਂ ਤੱਕ ਮੇਰਾ ਤਾਲੁਕ ਹੈ, ਆਈ ਵਿਲ ਈਟ ਰੋਟੀ ਐਂਡ ਆਈ ਵਿਲ ਗੈਟ ਮੋਟੀ। I will eat roti, I will get moti, I will eat bun, I will have fun and I will control your son.